ਉਹ ਦੁਨੀਆਂ ਦੇ ਲੋਕ ਨੇ, ਉਹ ਸੰਸਾਰ ਦੇ ਲੋਕ ਨੇ। ਇੱਕ ਬੰਦੇ ਉਹ ਜਿਹੜੇ ਸਾਨੂੰ ਵਰਤਦੇ ਨੇ ਮਤਲਬ ਵਾਸਤੇ, ਇੱਕ ਲੋਕ ਉਹ ਨੇ ਜਿਹੜੇ ਪਿਆਰ ਕਰਦੇ ਨੇ ਸਾਡੀ ਮਾਇਆ ਨੂੰ। ਤੇਰੇ ਤੇਰੇ ਬੱਚੇ ਵੀ ਤੈਨੂੰ ਪਿਆਰ ਥੋੜੀ ਕਰਦੇ ਨੇ, ਸਾਰੀ ਜ਼ਿੰਦਗੀ ਪਿਓ ਕਮਾਉਂਦਾ ਮਰ ਜਾਂਦਾ ਹੈ। ਆਪਣੇ ਬੱਚਿਆਂ ਦੇ ਲਾ ਕੇ ਵੇਖੋ, ਸਾਰੀ ਜ਼ਿੰਦਗੀ ਪਿਓ ਜੁੱਤੀ ਘਸਾਉਂਦਾ ਹੈ, ਦਿਨ ਰਾਤ ਮਰਦਾ ਔਲਾਦ ਵਾਸਤੇ। ਇੱਕ ਦਿਨ ਐਸਾ ਆ ਜਾਂਦਾ ਜਿੱਦਣ ਪੁੱਤ ਕਹਿੰਦੇ ਨੇ ਪਿਓ ਆਪਣੇ ਪਿਓ ਨੂੰ, ਉਹ ਬਾਪੂ ਸਾਡੇ ਵਾਸਤੇ ਕੀਤਾ ਕੀ, ਤੂੰ ਬਣਾਇਆ ਕੀ ਸਾਡੇ ਵਾਸਤੇ, ਐਸਾ ਆ ਜਾਂਦਾ। ਜੇ ਤੂੰ ਕਹਿੰਦੇ ਵੀ ਤੈਨੂੰ ਲੋਕੀ ਪਿਆਰ ਕਰਦੇ ਨੇ, ਉਹ ਤੈਨੂੰ ਪਿਆਰ ਪੁਰ ਕਰਨ ਵਾਲਾ ਇੱਥੇ ਕੋਈ ਨਹੀਂ। ਆ ਜਿਹੜੇ ਜਿਹੜੇ ਚਾਰ ਛਿੱਲੜ ਲਈ ਫਿਰਦਾ, ਇਹ ਸਭ ਇਸੇ ਨੂੰ ਇਸਲਾਮਾਂ ਨੇ, ਤੈਨੂੰ ਥੋੜਾ ਪਿਆਰ ਕਰਦਾ। ਜੇ ਕੋਈ ਕੋਈ ਪਿਆਰ ਕਰਦਾ ਪ੍ਰਭਤਾ ਨੂੰ, ਕੋਈ ਪਿਆਰ ਕਰਦਾ ਵਡਿਆਈ ਨੂੰ, ਕੋਈ ਪਿਆਰ ਕਰਦਾ ਚੜ੍ਹਦੇ ਸੂਰਜ ਨੂੰ, ਸਲਾਮਾਂ ਹੁੰਦੀਆਂ ਹੈ। ਇਹ ਭੁਲੇਖਾ ਕੱਢਦੀ ਵੀ ਤੈਨੂੰ ਪਿਆਰ ਕਰਨ ਵਾਲੇ ਨੇ ਦੁਨੀਆਂ ਦੇ ਲੋਕ, ਸੰਸਾਰ ਦੇ ਲੋਕ ਤੇਰੇ ਨਾਲ ਮਤਲਬ ਦਾ ਨਾਤਾ ਜੋੜਨਗੇ। ਕਿਉਂਕਿ ਸਾਡਾ ਹਰ ਇੱਕ ਰਿਸ਼ਤਾ, ਤੁਸੀਂ ਸੋਚੋ, ਕੋਈ ਸਾਨੂੰ ਆਪਣੇ ਘਰ 'ਚ ਬੁਲਾਉਂਦਾ, ਕੋਈ ਬੰਦਾ ਕਿਸੇ ਨੇ ਸਾਨੂੰ ਵਿਆਹ 'ਚ ਬੁਲਾਇਆ, ਅਗਲਾ ਸਾਨੂੰ ਕਾਰਡ ਵੀ ਦੇ ਕੇ ਜਾਵੇ, ਬੁਲਾਵੇ ਵੀ, ਜਾਣਦੇ ਹੋ, ਕਾਰਡ ਦਿੱਤਾ ਬੁਲਾਇਆ ਵੀ, ਅਸੀਂ ਗਏ ਅਗਲੇ ਦੇ ਨਾਲੇ ਵਿਆਹ ਖਾਧਾ। ਜੇ 2100 ਪਾਉਣਾ ਸੀ 500 ਪਾਇਆ, ਜਾਂ ਪਾਇਆ ਹੀ ਨਹੀਂ ਤੇ ਕੀ ਕਹਿਣਗੇ ਫਿਰ ਜਿਹਨਾਂ ਦੇ ਵਿਆਹ ਤੇ ਗਏ ਸੀ, ਸਾਰੇ ਟੱਬਰ ਦਾ ਰਾਸ਼ਨ ਖਾ ਗਿਆ, ਦੇ ਕੇ ਗਿਆ ਹੀ ਨਹੀਂ, ਆਈ ਕਹਿਣਗੇ ਨਾ ਨਵਿੰਦਰਾ ਪਾਇਆ ਹੀ ਨਹੀਂ। ਜਿਹੜੇ ਬੰਦੇ ਇਹ ਕਹਿੰਦੇ ਨੇ ਤੁਹਾਨੂੰ ਅਸੀਂ ਸਾਡੇ ਵਿਆਹ ਚ ਡੀਕਾਂਗੇ ਹੱਥਾਂ ਦੀਆਂ ਤਲੀਆਂ ਤੇ ਦੀਵੇ ਜਗਾ ਕੇ, ਉਹ ਚੇਤੇ ਰੱਖਿਓ ਗੁਰਮੁਖੋ, ਜੇ ਤੁਸੀਂ ਨਾ ਨਵਿੰਦਰਾ ਪਾਓ ਫਿਰ ਉਸੇ ਦੀਵੇ ਨਾਲ ਅੱਗ ਲਾਉਣ ਤੱਕ ਜਾਣਗੇ, ਜੇ ਨਾ ਨਾ ਝੋਲੀ ਭਰ ਕੇ ਆਈਏ। ਮਤਲਬ ਦਾ ਰਿਸ਼ਤਾ ਹੋ ਗਿਆ ਨਾ, ਕਿਸੇ ਦੇ ਘਰ ਵਿੱਚ ਧੀ ਵਿਆਹਣੀ ਹੈ, ਕਿਸੇ ਦੇ ਘਰ ਵਿੱਚ ਸਤਸੰਗ ਜੀ, ਜੇ ਕਿਸੇ ਦੇ ਘਰ ਵਿੱਚ ਧੀ ਵਿਆਹਣੀ ਹੈ, ਅਗਲਾ ਕਹਿੰਦਾ ਵੀ ਧੀ ਦੇਣੀ ਤੁਹਾਨੂੰ, ਉਹ ਕਹਿੰਦੇ ਹਾਂ, ਉਹ ਧੀ ਤਾਂ ਦੇਣੀ ਭਾਈ, ਐਂ ਦੱਸੋ ਵੀ ਦਾਜ 'ਚ ਗੱਡੀ ਕਿਹੜੀ ਦੇਣੀ। ਕਈ ਲੋਕ ਹੁਣ ਬਾਹਰੋਂ ਆਉਂਦੇ ਨੇ, ਮੈਂ ਗੱਲ ਇਹ ਕਰਦਾ ਵੀ ਹਰ ਇੱਕ ਬੰਦਾ ਮਤਲਬ ਵਾਸਤੇ ਵਰਤਦਾ ਹੈ, ਸਵਾਰਥ ਵਾਸਤੇ ਵਰਤਦਾ ਹੈ। ਕੋਈ ਬੰਦਾ ਬਾਹਰੋਂ ਆਇਆ, ਉਹ ਕਹੇ ਨਾ ਸਾਨੂੰ ਗੱਡੀ ਨਹੀਂ ਜੀ ਚਾਹੀਦੀ, ਫਿਰ ਦਾਜ ਚਾਹੀਦਾ, ਨਾ ਨਾ ਆਏ ਨਾਲੇ ਬੋਲੀ ਵੀ ਜਾਣਗੇ, ਭਾਈ ਜੋ ਦੇਣਾ ਤੁਸੀਂ ਆਪਦੀ ਧੀ ਨੂੰ ਦੇਣਾ, ਸਾਨੂੰ ਥੋੜ੍ਹੀ ਦੇਣਾ, ਤੁਸੀਂ ਜੋ ਦੇਣਾ। ਫਿਰ ਕਹਿਣਗੇ ਮੁੰਡੇ ਵਾਲੇ, ਕਹਿੰਦੇ ਸਾਡੀ ਮੰਗ ਕੋਈ ਨਹੀਂ, ਨਹੀਂ ਦੱਸੋ ਬਸ ਮੰਗ ਕੋਈ ਨਹੀਂ, ਰੋਟੀ ਜੱਜ ਦੀ ਕਰਦੇ ਹੋ, ਐਂ ਕਹਿੰਦੇ ਨੀ, ਰੋਟੀ ਜੱਜ ਦੀ ਕਰਦੇ ਹੋ। ਜਿਹੜੀ ਰੋਟੀ ਤੇ 10 ਤੋਂ 15 ਲੱਖ ਰੁਪਇਆ ਲੱਗ ਜਾਣਾ, ਪਿੱਛੇ ਕੀ ਰਹਿ ਗਿਆ ਦੱਸੋ, ਉਹ ਪਿੱਛੇ ਰਹਿ ਕੀ ਗਿਆ। ਜੇ ਅਸੀਂ ਕਿਸੇ ਨਾਲ ਰਿਸ਼ਤਾ ਜੋੜਦੇ ਹਾਂ, ਇਹ ਚੇਤੇ ਰੱਖਿਓ, ਇੱਥੇ ਜੁੱਤੀਆਂ ਗੰਢਣ ਵਾਲੇ ਵੀ ਬੈਠੇ ਨੇ, ਇੱਥੇ ਫੈਕਟਰੀਆਂ ਵਾਲੇ ਵੀ ਬੈਠੇ ਹੋਣਗੇ, ਇੱਥੇ ਜ਼ਮੀਨਾਂ ਬੀਜਣ ਵਾਲੇ ਵੀ ਬੈਠੇ ਹੋਣਗੇ। ਲੋਕੀ ਸਾਡੇ ਨਾਲ ਰਿਸ਼ਤਾ ਤਾਂ ਜੋੜਦੇ ਨੇ ਹੈਸੀਅਤ ਵੇਖ ਕੇ, ਲੋਕੀ ਸਾਡੇ ਨਾਲ ਨਾਤਾ ਤਾਂ ਜੋੜਦੇ ਨੇ, ਇਹ ਕਿੱਡੀ ਪਹੁੰਚ, ਕਿੰਨਾ ਅਮੀਰ ਹੈ, ਕੀ ਮਾਇਆ, ਕੀ ਜਾਤ, ਕੀ ਰੰਗ, ਇਹ ਚੇਤੇ ਰੱਖਿਓ। ਜਿਹੜਾ ਰਾਜਾ ਸਾਹਿਬ ਦੇ ਚਰਨਾਂ 'ਚ ਇੱਥੇ ਆ ਗਿਆ ਨਾ, ਰਾਜੇ ਨੇ ਤੁਹਾਡਾ ਕੰਮ ਨਹੀਂ ਵੇਖਣਾ, ਰਾਜਾ ਸਾਹਿਬ ਨੇ ਤੁਹਾਡੀ ਮਾਇਆ ਨਹੀਂ ਵੇਖਣੀ, ਰਾਜਾ ਸਾਹਿਬ ਨੇ ਤੁਹਾਡਾ ਰੂਪ ਰੰਗ ਘਰ ਜਾਤ ਨਹੀਂ ਵੇਖਣੀ।
ਜਿਹੜਾ ਭਾਵਨਾ ਨਾਲ ਆ ਗਿਆ ਉਹ ਦੁਨੀਆਂ ਦੇ ਲੋਕ ਵਰਤਦੇ ਹੋਣਗੇ ਮਤਲਬ ਵਾਸਤੇ, ਪਰ ਇਹ ਸ਼੍ਰੀ ਨਾਭ ਕਮਲ ਸਾਹਿਬ ਦਾ ਦਰਬਾਰ, ਸ਼੍ਰੀ ਨਾਭ ਕਮਲ ਸਾਹਿਬ ਮਹਾਰਾਜ ਦਾ ਘਰ ਐਸਾ, ਉਹ ਕਿਸੇ ਨੂੰ ਮਤਲਬ ਵਾਸਤੇ ਨਹੀਂ ਵਰਤਦਾ। ਜਿੱਦਣ ਤੈਨੂੰ ਸਾਰੀ ਦੁਨੀਆ ਛੱਡ ਜਾਏਗੀ, ਜਿੱਦਣ ਤੇਰੇ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ, ਚੇਤੇ ਰੱਖੀ ਉਦਣ ਮਜਾਰੇ ਜਾਈ ਇੱਕ ਵਾਰੀ, ਜਾਂ ਬੱਲੋਵਾਲ ਦੀ ਧਰਤੀ ਤੇ ਆ ਜਾਈ, ਤੈਨੂੰ ਇਹ ਦਰਵਾਜ਼ਾ ਹਰ ਵਕਤ ਖੁੱਲਿਆ ਮਿਲੇਗਾ, ਹਰ ਵਕਤ। ਸਾਧ ਸੰਗਤ ਜੀ, ਜਿਹਨੂੰ ਦੁਨੀਆ ਨੇ ਧੱਕਤਾ, ਜਿਹਨੂੰ ਲੋਕਾਂ ਨੇ ਧੱਕਤਾ, ਇਹ ਚੇਤੇ ਰੱਖਿਓ, ਜਿੱਥੇ ਸੰਸਾਰ ਜਵਾਬ ਦੇ ਜਾਂਦਾ ਹੈ, ਜਿੱਥੇ ਦੁਨੀਆ ਜਵਾਬ ਦੇ ਜਾਂਦੀ, ਉੱਥੋਂ ਰਾਜੇ ਦਾ ਆਸਰਾ ਸ਼ੁਰੂ ਹੁੰਦਾ ਹੈ। ਉੱਥੋਂ ਜਿੰਨੇ ਤੁਸੀਂ ਇੱਥੇ ਬੈਠੇ ਹੋ, ਕੀ ਲੱਗਦਾ ਤੁਹਾਨੂੰ ਵੀ ਅਸੀਂ ਬਹਿ ਗਏ, ਅਸੀਂ ਆ ਗਏ ਇੰਨੇ ਕੁ ਜਣੇ? ਉਹ ਨਾ ਨਾ, ਉਹ ਕੋਈ ਕਰਮ ਬੀਜਿਆ ਹੋਏਗਾ ਤਾਂ ਆਪਦੀ ਸੰਗਤ ਜਵਾ ਲਿਆ, ਤਾਂ ਆਪਣੀ ਮਹਿਮਾ ਤੁਹਾਨੂੰ ਸੁਣਾ ਰਿਹਾ ਹੈ। ਇੱਕ ਇੱਕ ਮਿੰਟ ਸਾਡਾ ਕੀਮਤੀ ਹੈ, ਇੱਕ ਇੱਕ ਮਿੰਟ। ਔਰ ਜਿਹੜਾ ਭਾਵਨਾ ਬਣਾ ਕੇ ਇੱਥੇ ਆ ਗਿਆ, ਸਤ ਸੰਗਤ ਜੀ, ਜਨਮ ਮਰਨ ਦੋ ਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ। ਉਹ ਤਾਂ ਆਉਂਦੇ ਹੀ ਪਰ ਉਪਕਾਰ ਵਾਸਤੇ ਨੇ, ਉਹ ਤਾਂ ਰੱਬ ਦਾ ਪਿਆਰਾ ਸਰੀਰ ਕਰਕੇ ਜਾਂਦਾ ਹੈ, ਸਰੀਰ ਕਰਕੇ ਆਉਂਦਾ ਹੈ। ਪਰ ਜੇ ਤੁਸੀਂ ਕਹੋ ਬਖਸ਼ਿਸ਼ਾਂ, ਬਖਸ਼ਿਸ਼ਾਂ ਉਵੇਂ ਜਿਵੇਂ ਕੰਮ ਕਰਦੀਆਂ ਨੇ ਜਦੋਂ ਉਦੋਂ ਕਰਦੀਆਂ ਸੀ। ਸਾਧ ਸੰਗਤ ਜੀ, ਇੱਕ ਮੀਤ ਸਿੰਘ ਹੁੰਦਾ ਸੀ, ਮਹਾਂਪੁਰਸ਼ਾਂ ਦਾ ਸ਼ਰਧਾਲੂ ਸੀ, ਰਾਜਾ ਸਾਹਿਬ ਦਾ, ਜਿਹੜਾ ਉਹਨਾਂ ਦੇ ਚਰਨਾਂ 'ਚ ਬਹਿ ਗਿਆ, ਜਿਹੜੀ ਬੇਨਤੀ ਕਰਤੀ, ਉਹ ਅੱਜ ਵੀ ਉਵੇਂ ਜਿਵੇਂ ਸੁਣਦੇ ਨੇ। ਮਹਾਂਪੁਰਸ਼ ਦਾ ਸੁਭਾਅ ਹੁੰਦਾ ਹੈ, ਮੈਂ ਬੇਨਤੀ ਕਰਦਾ ਸੀ ਤੁਹਾਡੀ ਜ਼ਿੰਦਗੀ 'ਚ ਕੋਈ ਸੰਕਟ ਆ ਜਾਏ, ਜ਼ਿੰਦਗੀ 'ਚ ਕਿਤੇ ਲੋੜ ਪੈ ਜਾਏ, ਕਹਿੰਦੇ ਨੀ ਸਾਨੂੰ ਕੋਈ ਨੀ, ਜਦੋਂ ਕਦੇ ਭੀੜ ਬਣੀ ਦੱਸੀ ਸਹੀ, ਬਸ ਫੋਨ ਮਾਰਦੀ, ਪਤਾ ਉਦੋਂ ਲੱਗਦਾ ਜਦੋਂ ਫੋਨ ਸਭ ਬੰਦ ਹੋ ਜਾਂਦੇ, ਇਹ ਨੀ ਕੋਈ ਵੀ ਖੜਦਾ। ਹਜ਼ਾਰ ਵਾਰ ਕਿਸੇ ਨੂੰ ਮਾਇਆ ਦੇ ਦਿਓ, ਹਜ਼ਾਰ ਵਾਰ, ਇੱਕ ਵਾਰੀ ਜਵਾਬ ਦੇ ਦਿਓ ਵੀ ਹੈ ਨੀ, ਪਹਿਲਾਂ ਕਹਿੰਦਾ ਕੋਈ ਨੀ ਸਮਾਂ ਆਏ ਤੇ ਦੱਸਾਂਗੇ, ਹੁਣ ਕੋਈ ਕਿਸੇ ਦਾ ਸਾਨ ਯਾਦ ਨੀ ਰੱਖਦਾ। ਸਾਧ ਸੰਗਤ ਜੀ, ਲੋਕੀ ਜਿਹੜੇ ਨੇ, ਸੰਸਾਰ ਜਿਹੜਾ ਹੈ, ਇਹ ਨੀ ਕਿਸੇ ਦਾ ਬਣਦਾ। ਮੈਂ ਹਮੇਸ਼ਾ ਬੇਨਤੀ ਕਰਦਾ, ਜਿੱਦਣ ਦੁਨੀਆ ਛੱਡ ਜਾਏਗੀ ਲੋਕੀ ਛੱਡ ਜਾਣਗੇ। ਜੇ ਇੱਥੇ ਆਉਂਦਾ ਹੋਏਗਾ, ਜੇ ਇੱਥੇ ਹਾਜ਼ਰੀਆਂ ਭਰੀਆਂ ਹੋਣਗੀਆਂ ਨਾ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਭਾਵੇਂ ਅਮਰੀਕਾ ਚਲਿਆ ਜੀ, ਭਾਵੇਂ ਕੈਨੇਡਾ ਚਲਿਆ ਜੀ, ਭਾਵੇਂ ਜੁੱਤੀਆਂ ਗੰਢ ਲੈ, ਭਾਵੇਂ ਕਿਸੇ ਫੈਕਟਰੀ 'ਚ ਨੌਕਰ ਬਣ ਕੇ ਕੰਮ ਕਰ ਲੈ, ਤੇਰੇ ਉਸੇ ਕੰਮ 'ਚ ਬਰਕਤਾਂ ਪੈ ਜਾਣਗੀਆਂ, ਤੇਰੀ ਉਹੀ ਬਿਮਾਰੀ, ਉਹੀ ਦੁੱਖ, ਤੇਰਾ ਰੋਗ, ਸੂਲੀ ਤੇਰੀ ਸੂਲ ਕਿਹੜੇ ਵੇਲੇ ਬਣ ਜਾਣੀ ਪਤਾ ਹੀ ਨਹੀਂ ਲੱਗਣਾ, ਪਤਾ ਹੀ ਨਹੀਂ ਲੱਗਣਾ। ਸਾਧ ਸੰਗਤ ਜੀ, ਧਿਆਨ ਦਿਓ, ਉਹ ਮੀਤ ਸਿੰਘ ਸੀ, ਇੱਕ ਰਲੂ ਨਾਮ ਦਾ ਬੰਦਾ, ਉਹਦੇ ਨਾਲ ਝਗੜਾ ਚੱਲ ਪਿਆ ਹੁੰਦਾ, ਦੋਵੇਂ ਬੱਕਰੀਆਂ ਰੱਖਦੇ ਸੀ। ਰਾਜਾ ਸਾਹਿਬ ਐ ਮਜਾਰੇ ਰਹਿੰਦੇ ਸੀ ਉਦੋਂ, ਉਹ ਨਾ ਦੋਵੇਂ ਬੱਕਰੀਆਂ ਰੱਖਦੇ ਸੀ ਆਪਸ ਵਿੱਚ, ਉਹ ਰਲੂ ਸੀ ਜਿਹੜਾ, ਉਹ ਉਹਦੇ ਖੇਤ ਚਰਾ ਲਿਆ ਕਰੇ ਕਈ ਵਾਰ, ਬੱਕਰੀਆਂ ਚਾਰਾਇਆ ਕਰਨ, ਦੋਵਾਂ 'ਚ ਆਪਸੀ ਰੰਜਿਸ਼ ਰਹਿਣ ਲੱਗ ਗਈ, ਧੜੇਬਾਜ਼ੀ ਬਣ ਗਈ, ਇੱਕ ਦੂਜੇ ਨਾਲ ਲੜ ਪਏ, ਵਿਵਾਦ ਵੱਧਦਾ ਵੱਧਦਾ
ਇੰਨਾ ਵੱਧ ਗਿਆ ਦੋਵੇਂ ਜਣੇ ਇੰਨਾ ਆਪਸ ਵਿੱਚ ਖੇਪੜ ਪਏ ਕਹਿੰਦੇ ਉਹ ਜਿਹੜਾ ਮੀਤ ਸਿੰਘ ਸੀ ਉਹ ਕਹਿੰਦਾ ਵੀ ਇਹਨੂੰ ਕਿਵੇਂ ਨਾ ਕਿਵੇਂ ਕਿਸੇ ਤਰੀਕੇ ਫਸਾਉਣਾ ਇਹਨੂੰ ਫਸਾਉਣਾ ਹੈ ਮੈਂ ਇਹ ਮੇਰੀਆਂ ਬੱਕਰੀਆਂ ਚਰਾਉਂਦਾ ਉੱਚਾ ਨੀਵਾਂ ਬੋਲਿਆ ਮੀਤ ਸਿੰਘ ਜਿੱਥੇ ਬੱਕਰੀਆਂ ਚਾਰਦਾ ਸੀ ਚਾਰ ਮਾਇਆ ਦੇ ਛਿੱਲੜ ਵੀ ਸੀ ਉਹਦੇ ਕੋਲ ਸਰਕਾਰੇ ਦਰਬਾਰੇ ਵੀ ਕਿਸੇ ਨਾ ਕਿਸੇ ਅਫਸਰ ਨਾਲ ਆਉਂਦੀ ਬਣਦੀ ਸੀ ਮਾਣ ਸੀ ਹਰ ਇੱਕ ਬੰਦੇ ਨੂੰ ਮਾਣ ਹੁੰਦਾ ਆਪੋ ਆਪਣੇ ਮਿੱਤਰ ਤੇ ਆਪੋ ਆਪਣੇ ਲੀਡਰ ਤੇ ਆਪੋ ਆਪਣੇ ਅਹੁਦੇਦਾਰ ਤੇ ਉਹਨੂੰ ਮਾਣ ਸੀ ਸੁਣਿਆ ਉਹਨੇ ਕੀ ਕੀਤਾ ਮੀਤ ਸਿੰਘ ਨੇ ਨਾ ਰਲੂ ਦੇ ਵਿਹੜੇ ਚ ਆਪਣੀ ਇੱਕ ਬੱਕਰੀ ਮਾਰ ਕੇ ਗਲ ਵੱਢ ਕੇ ਉਹਦੇ ਵਿਹੜੇ ਚ ਸਿੱਟਤੀ ਜਦੋਂ ਵਿਹੜੇ ਚ ਬੱਕਰੀ ਸਿੱਟੀ ਦਿਨ ਚੜਿਆ ਦਿਨ ਚੜ ਕੇ ਉਹਨੇ ਆਖਿਆ ਵੀ ਮੀਤ ਸਿੰਘ ਨੇ ਰੋਲਾ ਪਾ ਤਾ ਮੇਰੀ ਬੱਕਰੀ ਮੀਤ ਸਿੰਘ ਕਹਿੰਦਾ ਪਿੰਡ ਦੀ ਪੰਚਾਇਤ ਇਕੱਠੀ ਕਰ ਲਈ ਸਾਰੇ ਇਕੱਠੇ ਕਰ ਲਏ ਕਹਿੰਦਾ ਮੇਰੀ ਬੱਕਰੀ ਇਹ ਰਲੂ ਆਪਣੇ ਵਾੜੇ ਚ ਚੁੱਕ ਲਿਆ ਇਹਨੇ ਮੇਰੀ ਬੱਕਰੀ ਮਾਰਤੀ ਸਤਸੰਗ ਜੀ ਗੱਲ ਥਾਣੇ ਤੱਕ ਪਹੁੰਚ ਗਈ ਜਦੋਂ ਥਾਣੇ ਪਹੁੰਚੀ ਉਹ ਆਏ ਸਿਪਾਹੀ ਆਏ ਉਹਦੀ ਬਣਦੀ ਸੀ ਮੀਤ ਸਿੰਘ ਦੀ ਸਰਕਾਰੀ ਸਿਪਾਹੀ ਆਏ ਤੇ ਰਲੂ ਨਾਮ ਦਾ ਜਿਹੜਾ ਬੰਦਾ ਸੀ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ ਝੂਠਾ ਹੀ ਫਸਾਤਾ ਮਾਰੀ ਨਹੀਂ ਸੀ ਬੱਕਰੀ ਉਹਨੇ ਚੁੱਕੀ ਨਹੀਂ ਸੀ ਧੋਖੇ ਨਾਲ ਐਵੇਂ ਰੰਜਿਸ਼ ਕੱਢਣ ਵਾਸਤੇ ਅੱਜ ਕੱਲ੍ਹ ਵੀ ਤਾਂ ਲੋਕ ਐਂ ਕਰਦੇ ਨੇ ਕਿਸੇ ਨੂੰ ਫਸਾਉਣਾ ਹੋਵੇ ਬਹੁਤਾਂਤ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੁਟਕਾ ਸਾਹਿਬ ਦੀਆਂ ਬੇਦਵੀਆਂ ਦੀਆਂ ਘਟਨਾ ਤੁਸੀਂ ਵੇਖੋਗੇ ਨਾ ਬਹੁਤਾਂਤ ਲੋਕ ਇਹ ਨਿਕਲਦੇ ਨੇ ਵੀ ਮੇਰੀ ਰੰਜਿਸ਼ ਸੀ ਤਾਂ ਮੈਂ ਇਹਦਾ ਨਾਮ ਲਾਉਣ ਵਾਸਤੇ ਗੁਟਕਾ ਹੀ ਸਿੱਟਦਾ ਬੜੇ ਲੋਕ ਅੱਜ ਵੀ ਮਿਲ ਜਾਣਗੇ ਬੱਕਰੀ ਚੁੱਕੀ ਨਹੀਂ ਸੀ ਰਲੂ ਸੀ ਜਿਹੜਾ ਉਹ ਬੇਦਾਗ ਸੀ ਕੋਈ ਗਲਤੀ ਨਹੀਂ ਸੀ ਮੀਤ ਸਿੰਘ ਨੇ ਆਪਣੀ ਰੰਜਿਸ਼ ਕੱਢਣ ਵਾਸਤੇ ਆਪੇ ਬੱਕਰੀ ਮਾਰੀ ਆਪੇ ਉਹਦੇ ਵਿਹੜੇ ਚ ਸਿੱਟਦੀ ਆਪੇ ਸਿਪਾਹੀ ਬੁਲਾ ਲਏ ਉੱਤੇ ਚਲਦੀ ਸੀ ਆਪੇ ਗ੍ਰਿਫਤਾਰ ਕਰਾਤਾ ਉਹਨਾਂ ਨੂੰ ਫੜ ਕੇ ਲੈ ਗਏ ਨਵੇਂ ਸ਼ਹਿਰ ਥਾਣਾ ਪੈਂਦਾ ਸੀ ਸਿਪਾਹੀ ਜਦੋਂ ਫੜ ਕੇ ਲੈ ਕੇ ਗਏ ਸਮਾਂ ਲੰਘਿਆ ਹੁਣ ਰਲੂ ਸੀ ਜਿਹੜਾ ਉਹ ਰਾਜਾ ਸਾਹਿਬ ਦਾ ਸ਼ਰਧਾਲੂ ਸੀ ਰਲੂ ਰਾਜਾ ਸਾਹਿਬ ਦਾ ਮੀਤ ਸਿੰਘ ਵੀ ਇਹ ਵੀ ਰਾਜਾ ਸਾਹਿਬ ਦਾ ਸ਼ਰਧਾਲੂ ਇੱਕ ਗੱਲ ਚੇਤੇ ਰੱਖਿਓ ਇੱਥੇ ਭਾਵੇਂ ਮੈਂ ਆ ਤੇ ਭਾਵੇਂ ਅਮਰੀਕ ਸਿੰਘ ਬੈਠਾ ਭਾਵੇਂ ਕੋਈ ਬੈਠਾ ਹੈ ਇਹ ਘਰ ਮਹਾਂਪੁਰਸ਼ ਦੀ ਦ੍ਰਿਸ਼ਟੀ ਰਾਜਾ ਸਾਹਿਬ ਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕ ਹੈ ਇਹ ਨਹੀਂ ਵੀ ਮੰਨ ਲਓ ਵੀ ਅਸੀਂ ਕੀਰਤਨ ਕਰਦੇ ਹਾਂ ਅਸੀਂ ਬਾਹਲੇ ਪਿਆਰੇ ਉਹਨਾਂ ਨੂੰ ਨਾ 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 ਜਿਹੜਾ ਗਲਤੀ ਕਰੇਗਾ ਉਹ ਸਜ਼ਾ ਦਾ ਹੱਕਦਾਰ ਹੈ ਭਾਵੇਂ ਕੋਈ ਹੋਵੇ ਕੋਈ ਸੈਕਟਰੀ ਕੋਈ ਪ੍ਰਧਾਨ ਕੋਈ ਖਜ਼ਾਨਚੀ ਕੋਈ ਵੀ ਜਾਏ ਇੱਥੇ ਕੋਈ ਨਹੀਂ ਬਖਸ਼ਿਆ ਜਾਣਾ ਮੈਂ ਤਾਂ ਆਪਣੇ ਨਾਲ ਵਾਲੇ ਇਹਨਾਂ ਨੂੰ ਵੀ ਕਹੀਦਾ ਵੀ ਐਡੇ ਧਿਆਨ ਨਾਲ ਬੈਠਿਆ ਕਰੋ ਜਿਹੜਾ ਇਸ ਦਰ ਤੋਂ ਧੱਕਿਆ ਗਿਆ ਕਿਸੇ ਨਰਕ ਨੇ ਵੀ ਥਾਂ ਨਹੀਂ ਦੇਣੀ ਸੱਚ ਹੈ ਦੋਵੇਂ ਸੇਵਾਦਾਰ ਸਤਸੰਗ ਜੀ ਉਸ ਵੇਲੇ ਉਹ ਜਿਹੜਾ ਰਲੂ ਨਾਮਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਥਾਣੇ 'ਚ ਲੈ ਗਏ ਜਮਾਨਤਾਂ ਕਰਾਈਆਂ ਉਹਨੇ ਆਪਣੀਆਂ ਮਾਇਆ ਲੱਗੀ ਚੋਖੀ ਜਦੋਂ ਜਮਾਨਤ ਕਰਾ ਕੇ ਆਪਣੇ ਘਰ ਆਇਆ
ਉਹਨੇ ਜਮਾਨਤ ਕਰਾ ਕੇ ਜਦੋਂ ਘਰ ਆਉਣ ਲੱਗਿਆ ਨਾ, ਦੋ ਦਿਨ ਚਾਰ ਦਿਨ ਦਸ ਦਿਨ ਲੰਘੇ, ਕਹਿੰਦੇ ਜਿੱਦਣ ਹੁਕਮਰਾਨ ਨੇ ਸਜ਼ਾ ਸੁਣਾਉਣੀ ਹੈ, ਜਿੱਦਣ ਉਹਨੇ ਸਜ਼ਾ ਸੁਣਾਉਣੀ ਹੈ, ਕਹਿੰਦੇ ਤਰੀਕ ਤੇ ਜਾਣ ਲੱਗਿਆ, ਸੁਣਿਓ ਤਰੀਕ ਤੇ ਜਾਣ ਲੱਗਿਆ, ਉਹ ਗੁਰਦੁਆਰਾ ਦੁਖਨਵਾਰ ਸਾਹਿਬ ਦੀ ਧਰਤੀ ਉੱਥੇ ਉਹਨੇ ਮੱਥਾ ਟੇਕਿਆ ਜਾ ਕੇ, ਜਮਾਨਤ ਤੇ ਆਇਆ ਕੁਛ ਸਮਾਂ ਰਿਹਾ, ਜਦੋਂ ਸੁਣਵਾਈ ਹੋਣੀ ਕੇਸ ਦੀ, ਕਹਿੰਦੇ ਹੁਕਮਰਾਨ ਨੇ ਸੁਣਵਾਈ ਕਰਨੀ ਸਜ਼ਾ ਦੇਣੀ, ਉਹਨੇ ਨਾ ਰਲੂ ਸਿੰਘ ਰਾਜਾ ਸਾਹਿਬ ਦੇ ਚਰਨਾਂ 'ਚ ਮਿਲਿਆ ਨਹੀਂ, ਹੱਥ ਜੋੜ ਕੇ ਕਹਿੰਦਾ ਰਾਜਾ ਸਾਹਿਬ, ਹੱਥ ਜੋੜ ਕੇ ਕਹਿੰਦਾ, ਕਹਿੰਦਾ ਰਾਜਾ ਸਾਹਿਬ ਜੀ ਦਿਨ ਰਾਤ ਤੇਰੇ ਘਰ ਦੀ ਮੈਂ ਸੇਵਾ ਕੀਤੀ, ਮੈਂ ਨਹੀਂ ਦੱਸਣਾ ਕਿਸੇ ਨੂੰ ਮੈਂ ਝੂਠਾ ਜਾਂ ਸੱਚਾ, ਤੇਰੇ ਘਰ ਦੀ ਮੈਂ ਸੇਵਾ ਕੀਤੀ ਹੈ, ਮੈਂ ਬੇਦਾਗ ਹਾਂ, ਮੈਂ ਬੱਕਰੀ ਨਹੀਂ ਕੋਈ ਵੀ ਮਾਰੀ, ਮੈਂ ਹੱਤਿਆ ਨਹੀਂ ਕੀਤੀ, ਮੈਂ ਚੋਰੀ ਨਹੀਂ ਕੀਤੀ, ਮੀਤ ਸਿੰਘ ਨੇ ਮੈਨੂੰ ਧੱਕੇ ਦੇ ਨਾਲ ਰੰਜਿਸ਼ ਦੇ ਤਹਿਤ ਫਸਾਇਆ, ਰਾਜਿਆ ਲੈ ਮੇਰੀ ਇੱਕ ਤੇਰੇ ਅੱਗੇ ਅਰਜੋਈ ਇਹ ਤਰ ਲੈ, ਜੇ ਮੈਂ ਤੇਰੇ ਘਰ ਵਿੱਚ ਰਤਾ ਜਿੰਨੀ ਵੀ ਸੇਵਾ ਕੀਤੀ ਏ, ਤੂੰ ਮੇਰੀ ਰਤਾ ਜਿੰਨੀ ਵੀ ਘਾਲਣਾ ਆਪਣੇ ਦਰ ਤੇ ਥਾਏ ਪਾਈਏ, ਲੈ ਰਾਜਿਆ ਹੁਣ ਐ ਚੇਤੇ ਰੱਖੀ, ਉੱਥੇ ਹੁਣ ਮੈਨੂੰ ਹੁਕਮਰਾਨਾਂ ਤੇ ਯਕੀਨ ਨਹੀਂ, ਮੈਨੂੰ ਤਾਂ ਤੇਰੇ ਤੇ ਯਕੀਨ ਹੈ, ਫੈਸਲਾ ਤੂੰ ਕਰਨਾ, ਇਹ ਕਹਿ ਗਿਆ ਤੇ ਜਾਂਦਾ ਜਾਂਦਾ ਅੱਖਾਂ ਚੋਂ ਅੱਥਰੂ ਨੇ, ਰੋਈ ਜਾਂਦਾ ਹੈ, ਕਿਉਂਕਿ ਜਿਹੜੇ ਬੰਦੇ ਨਾਲ ਬਿਨਾਂ ਮਤਲਬ ਤੋਂ ਧੱਕਾ ਹੋਇਆ ਹੋਵੇ ਜ਼ਿੰਦਗੀ 'ਚ ਕਈ ਵਾਰ ਸਾਰਿਆਂ ਨਾਲ ਹੀ ਹੁੰਦਾ ਨਾ, ਫਿਰ ਬੰਦਾ ਇੱਕੋ ਗੱਲ ਕਹਿੰਦਾ ਬਸ, ਉਹ ਕਹਿੰਦਾ ਰਾਜਾ ਸਾਹਿਬ ਜੀ ਉਹ ਮੈਨੂੰ ਕੀ, ਮੇਰਾ ਕੀ ਜਾਏਗਾ, ਮੈਨੂੰ ਕਿਸੇ ਨੇ ਕੀ ਆਖਣਾ, ਜਾਂਦਾ ਜਾਂਦਾ ਅਰਦਾਸ ਕਰ ਗਿਆ ਤੇ ਕਹਿ ਗਿਆ ਨਾਲੇ ਰਾਜਿਆ ਮੇਰਾ ਕੁਛ ਨੀ ਗਰੀਬ ਦਾ ਜਾਣਾ, ਹੋ ਕੁਛ ਨੀ ਗਰੀਬ ਦਾ ਜਾਣਾ, ਕੁਛ ਨੀ ਗਰੀਬ ਦਾ ਜਾਣਾ, ਲਾਜ ਲੱਗੂ ਤੇਰੇ ਨਾਮ ਨੂੰ, ਲਾਜ ਲੱਗੂ ਤੇਰੇ ਨਾਮ ਨੂੰ, ਲਾਜ ਲੱਗੂ ਤੇਰੇ ਨਾਮ ਨੂੰ, ਮੇਰਾ ਕੁਛ ਨੀ ਗਰੀਬ ਦਾ ਜਾਣਾ, ਮੇਰਾ ਕੁਛ ਨੀ ਗਰੀਬ ਦਾ ਜਾਣਾ, ਲਾਜ ਲੱਗੂ ਤੇਰੇ ਨਾਮ ਨੂੰ, ਲਾਜ ਲੱਗੂ ਤੇਰੇ ਨਾਮ ਨੂੰ, ਲਾਜ ਲੱਗੂ ਤੇਰੇ ਨਾਮ ਨੂੰ, ਮੇਰਾ ਕੁਛ ਨੀ ਗਰੀਬ ਦਾ ਜਾਣਾ, ਕੁਛ ਨੀ ਗਰੀਬ ਦਾ ਜਾਣਾ, ਲਾਜ ਲੱਗੂ ਤੇਰੇ ਜਿਵੇਂ ਰੱਖੀ ਸੀ ਦਰੋਪਤਾਂ ਦੀ ਲੱਜਿਆ, ਰੱਖ ਲਈ ਸੀ ਦਰੋਪਤਾਂ ਦੀ ਲੱਜਿਆ, ਉਵੇਂ ਜਿਵੇਂ ਮੇਰੀ ਰੱਖ ਲੈ, ਉਵੇਂ ਜਿਵੇਂ ਮੇਰੀ ਰੱਖ ਲਈ, ਉਵੇਂ ਜਿਵੇਂ ਮੇਰੀ ਰੱਖ ਲਈ, ਦਰੋਪਤਾਂ ਦੀ ਲੱਜਿਆ, ਉਹ ਕਹਿੰਦਾ ਮਾਰੇ ਰੱਖ ਲਿਓ ਮੇਰੀ,
ਤਰੀਕ ਤੇ ਪਹੁੰਚ ਗਿਆ। ਸੁਣਿਓ ਇਧਰੋਂ ਮੀਤ ਸਿੰਘ, ਮੀਤ ਸਿੰਘ ਉਸ ਵੇਲੇ ਮਹਾਰਾਜ ਦੇ ਚਰਨਾਂ ਚ ਮੱਥਾ ਟੇਕ, ਹੈ ਤਾਂ ਉਹ ਵੀ ਸੇਵਾਦਾਰ ਸੀ, ਮੱਥਾ ਟੇਕ ਕੇ ਜਦੋਂ ਜਾਣ ਲੱਗਿਆ, ਮਹਾਰਾਜ ਮਜਾਰੇ ਤੋਂ ਐ ਮੂਸੇਪੁਰ ਨੂੰ ਤੁਰੇ ਹੁੰਦੇ ਨੇ, ਇੱਕ ਭੱਠਾ ਹੈ ਰਸਤੇ ਚ, ਉੱਥੇ ਰੁਕ ਗਏ ਰਾਜਾ ਸਾਹਿਬ। ਉਹ ਭੱਠੇ ਤੇ ਜਦੋਂ ਰੁਕੇ ਨਾ, ਕਹਿੰਦੇ ਲਾਲ ਸੁਰਖ ਚਿਹਰਾ, ਵੀਰ ਰਸ ਵਿੱਚ, ਬਹੁਤ ਵੀਰ ਰਸ ਵਿੱਚ, ਸਤਸੰਗ ਜੀ ਮੀਤ ਸਿੰਘ ਕੋਲ ਖੜਾ ਹੈ, ਉਹ ਵੀ ਤਰੀਕ ਤੇ ਚੱਲਿਆ ਜਿਹਨੇ ਫਸਾਇਆ ਸੀ ਰੂ, ਜਦੋਂ ਤਰੀਕ ਤੇ ਚੱਲਿਆ ਰਾਜਾ ਸਾਹਿਬ ਉਸ ਵੇਲੇ ਐਡੇ ਉੱਚੀ ਆਵਾਜ਼ ਵਿੱਚ ਗੰਭੀਰ ਹੋ ਕੇ ਬੋਲੇ, ਰਾਜਾ ਸਾਹਿਬ ਆਖਣ ਲੱਗੇ ਹੁਕਮਰਾਨਾ ਨੇ ਹੱਥੀਆਂ ਚਿੜੀਆਂ ਨਹੀਂ ਮਾਰੀ, ਨਿਹੱਕੀਆਂ ਚਿੜੀਆਂ ਨਹੀਂ ਮਾਰੀ ਦੀਆਂ, ਨਿਹੱਕੇ ਬੰਦੇ ਨਹੀਂ ਮਾਰੀ ਦੇ, ਆਏ ਜਦੋਂ ਗਰਜਵੀਂ ਆਵਾਜ਼ ਵਿੱਚ ਬੋਲੇ। ਕੋਲ ਖੜਾ ਸੀ ਮੀਤ ਸਿੰਘ, ਬੋਲਿਆ ਤਾਂ ਕੁਛ ਨਹੀਂ ਗਿਆ, ਮੱਥਾ ਟੇਕ ਕੇ ਭੁੱਲ ਹੋ ਗਈ, ਭੁੱਲ ਹੋ ਗਈ, ਤਰੀਕ ਤੇ ਚੱਲਿਆ ਗਿਆ ਤਰੀਕ ਤੇ। ਹੁਣ ਇਹਦੀ ਮੀਤ ਸਿੰਘ ਦੀ ਚੱਲਦੀ ਸੀ ਉੱਥੇ, ਜਦੋਂ ਹੁਕਮਰਾਨ ਦੇ ਕੋਲ ਖੜ ਗਿਆ, ਕਹਿੰਦਾ ਜੀ ਸੁਣਾਓ ਸਜ਼ਾ, ਦਿਓ ਇਹਨੂੰ ਸਜ਼ਾ। ਉਸ ਵੇਲੇ ਹੁਕਮਰਾਨ ਨੇ ਸਾਹਮਣੇ ਖੜਾ ਲਿਆ, ਇੱਕ ਵਾਰੀ ਪੁੱਛਿਆ, ਰੁਲੂ ਤੂੰ ਬੱਕਰੀ ਮਾਰੀ ਇਹਨੂੰ, ਜੀਵ ਹੱਤਿਆ ਕੀਤੀ ਤੂੰ? ਉਹ ਕਹਿੰਦਾ ਜੀ ਮੈਂ ਰਾਜਾ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ, ਮੈਂ ਇਹ ਪਾਪ ਨਹੀਂ ਕੀਤਾ, ਮੈਂ ਆ ਸੱਚਾ, ਕਿਸੇ ਰੰਜਿਸ਼ ਦੇ ਤਹਿਤ ਮੈਨੂੰ ਫਸਾਇਆ ਜਾ ਰਿਹਾ ਹੈ, ਮੈਂ ਨਹੀਂ ਇਹੋ ਜਿਹਾ ਕੁਛ ਵੀ ਕੀਤਾ। ਸੁਣਿਓ ਉਸ ਵੇਲੇ ਉਹ ਰੁਲੂ ਨੂੰ ਕਹਿੰਦਾ, ਕਹਿੰਦਾ ਮੈਨੂੰ ਤਾਂ ਹੁਣ ਫੈਸਲਾ ਕਰਨਾ ਹੀ ਪੈਣਾ, ਮੀਤ ਸਿੰਘ ਕੋਲ ਖੜਾ, ਚਲਦੀ ਸੀ ਉਹਦੀ ਸਰਕਾਰੇ ਦਰਬਾਰੇ। ਜਦੋਂ ਸਜ਼ਾ ਸੁਣਾਉਣ ਲੱਗਿਆ, ਧਿਆਨ ਦਿਓ, ਉਹ ਹੁਕਮਰਾਨ ਜਦੋਂ ਸਜ਼ਾ ਲਿਖਣ ਲੱਗਿਆ, ਕਹਿੰਦੇ ਇੱਕਦਮ ਉਹਦੇ ਕੰਨਾਂ ਵਿੱਚ ਆਵਾਜ਼ ਪਈ, ਹੁਕਮਰਾਨਾ ਨੇ ਹੱਥੀਆਂ ਚਿੜੀਆਂ ਨਹੀਂ ਮਾਰੀ ਦੀਆਂ, ਐਂ ਆਵਾਜ਼ ਪਈ, ਇੱਕਦਮ ਉਹਦਾ ਕਲਮ ਛੁੱਟ ਗਈ। ਆਸੇ ਪਾਸੇ ਵੇਖਦਾ, ਕੌਣ ਇਹ, ਕੌਣ ਆਵਾਜ਼ ਦਿੰਦਾ, ਨੇ ਹੱਥੀਆਂ ਚਿੜੀਆਂ ਨਹੀਂ ਮਾਰੀ। ਸਤਸੰਗ ਜੀ ਪਹਿਲੀ ਵਾਰ ਆਵਾਜ਼ ਮਾਰੀ, ਪਤਾ ਹੀ ਨਹੀਂ ਲੱਗਿਆ ਵੀ ਕੌਣ ਹੈ। ਉਹਨੇ ਨਾ ਸੁਰਤ ਜੀ ਸੰਭਾਲ ਲਈ, ਦੁਬਾਰਾ ਫਿਰ ਸਜ਼ਾ ਲਿਖਣ ਲੱਗੇ। ਜਦੋਂ ਦੂਜੀ ਵਾਰ ਫਿਰ ਉਹ ਕਲਮ ਆਪਣੀ ਚਲਾਉਣ ਲੱਗਿਆ, ਫਿਰ ਆਵਾਜ਼ ਕੰਨਾਂ ਚ ਪਈ, ਹੁਕਮਰਾਨਾ ਤੈਨੂੰ ਸੁਣਿਆ ਨੀ, ਨੇ ਹੱਥੀਆਂ ਚਿੜੀਆਂ ਨੀ ਮਾਰੀ ਦੀਆਂ। ਸਤਸੰਗ ਜੀ ਉਸ ਵੇਲੇ ਇਕਦਮ ਰੁਕ ਗਏ, ਸਾਹ ਰੁਕ ਗਏ, ਕੰਨਾਂ ਚ ਆਵਾਜ਼ ਪੈ ਗਈ, ਆਸੇ ਪਾਸੇ ਵੇਖਦਾ। ਜਦੋਂ ਆਸੇ ਪਾਸੇ ਵੇਖਦਾ ਫੇਰ ਧਿਆਨ ਨਾ ਦਿੱਤਾ, ਤੀਜੀ ਦਫਾ ਜਦੋਂ ਲਿਖਣ ਲੱਗਿਆ ਸਜ਼ਾ, ਸਤਸੰਗ ਜੀ
ਉਹ ਰੂਲੂ ਮਨੋ ਮਨੀ ਬੇਨਤੀਆਂ ਕਰਦਾ ਰਾਜਾ ਸਾਹਿਬ ਦੇ ਚਰਨਾਂ ਚ ਮਹਾਰਾਜ ਰੱਖ ਲਿਓ, ਇੱਥੇ ਬੇਨਤੀ ਕਰਕੇ ਗਿਆ ਸੀ ਜਾਣ ਲੱਗਿਆ, ਰੱਖ ਲਿਓ। ਰਾਜਾ ਸਾਹਿਬ ਫੇਰ ਬੋਲਦੇ ਨੇ, ਤੀਜੀ ਦਫਾ ਫੇਰ ਉਹਨਾਂ ਆਵਾਜ਼ ਦਿੱਤੀ, ਉਹ ਨਿਹੱਥੀਆਂ ਚਿੜੀਆਂ ਨੀ ਮਾਰੀ ਦੀਆਂ। ਜਦੋਂ ਤੀਜੀ ਵਾਰ ਐ ਬਚਨ ਬੋਲਿਆ, ਇੱਕਦਮ ਉੱਤੇ ਨੂੰ ਝਾਕਦਾ ਹੈ ਹੁਕਮਰਾਨ, ਲਾਲ ਸੁਰਖ ਰੰਗ ਗਿਲਟੀ ਲੱਗੀ, ਹੱਥ ਵਿੱਚ ਖੂੰਡਾ ਫੜਿਆ, ਮਹਾਰਾਜ ਸਾਹਮਣੇ ਖੜੇ ਨਜ਼ਰ ਆ ਗਏ, ਸਾਹਮਣੇ ਆਵਾਜ਼ ਦਿੱਤੀ ਆ ਕੇ। ਉਸ ਵੇਲੇ ਮੀਤ ਸਿੰਘ ਕੋਲ ਖੜਾ ਹੈ, ਸੁਣਿਓ, ਮੀਤ ਸਿੰਘ ਕੋਲ ਖੜਾ ਹੈ। ਉਹ ਕਹਿੰਦਾ ਹੁਕਮਰਾਨ ਕਹਿੰਦਾ ਗਿਲਟੀ ਬੰਨੀ ਲਾਲ ਸੁਰਖ ਰੰਗ, ਉਹ ਮੇਰੇ ਕੰਨਾਂ ਵਿੱਚ ਆਵਾਜ਼ ਪਈ ਜਾਂਦੀ ਏ, ਜਦੋਂ ਮੈਂ ਕਲਮ ਚਲਾਉਣ ਲੱਗਦਾ ਉਸ ਵੇਲੇ ਆਵਾਜ਼ ਪੈ ਜਾਂਦੀ ਏ, ਨਿਹੱਥੀਆਂ ਚਿੜੀਆਂ ਨੀ ਮਾਰੀ ਦੀਆਂ। ਸਤਸੰਗ ਜੀ ਸੁਣਿਓ, ਉਹ ਜਿਹੜਾ ਰਲੂ ਨਾਮਕ ਬੰਦਾ ਸੀ ਉਹਨੂੰ ਸਾਈਡ ਤੇ ਕਰਕੇ ਪੁੱਛਦਾ ਹੈ, ਉਹ ਕਹਿੰਦਾ ਤੂੰ ਭਾਈ ਮੰਨਦਾ ਕਿਸੇ ਨੂੰ? ਹੁਕਮਰਾਨ ਪੁੱਛਦਾ ਹੈ ਤੁਸੀਂ ਕਿਸੇ ਨੂੰ ਮੰਨਦੇ ਹੋ? ਤੁਹਾਡਾ ਕੋਈ ਪੀਰ ਪੈਗੰਬਰ ਹੈ? ਉਹ ਕਹਿੰਦਾ ਪੀਰ ਪੈਗੰਬਰ ਤਾਂ ਕੋਈ ਨੀ, ਆਉਂਦਾ ਹੋਇਆ ਰਾਜਾ ਸਾਹਿਬ ਦੇ ਚਰਨਾਂ 'ਚ ਅਰਦਾਸ ਜ਼ਰੂਰ ਕਰਕੇ ਆਇਆ, ਆਉਂਦਾ ਹੋਇਆ ਰਾਜਾ ਸਾਹਿਬ ਦੇ ਚਰਨਾਂ 'ਚ ਬੇਨਤਾ ਜ਼ਰੂਰ ਕੀਤਾ ਸੀ। ਉਹ ਕਹਿੰਦਾ ਜਦੋਂ ਮੈਂ ਕਲਮ ਚਲਾਉਣ ਲੱਗਦਾ ਉਦੋਂ ਹੀ ਕੰਨਾਂ 'ਚ ਆਵਾਜ਼ ਪੈ ਜਾਂਦੀ ਹੈ, ਨਿਹੱਥੀਆਂ ਚਿੜੀਆਂ ਨੀ ਮਾਰੀ ਦੀਆਂ। ਉਹ ਜਿਹੜਾ ਮੀਤ ਸਿੰਘ ਸੀ, ਮੀਤ ਸਿੰਘ ਸਤਸੰਗ ਜੀ, ਜਦੋਂ ਉਹਨੂੰ ਦੱਸੀ ਨਾ ਹੁਕਮਰਾਨ ਨੇ ਗੱਲ, ਭੁੱਬਾ ਮਾਰ ਕੇ ਉੱਥੇ ਰੋਣ ਲੱਗ ਪਿਆ, ਕਹਿੰਦਾ ਹੁਣ ਸਜ਼ਾ ਨਾ ਸੁਣਾਈ, ਇਹ ਆਵਾਜ਼ ਕਿਸੇ ਹੋਰ ਦੀ ਨਹੀਂ, ਇਹ ਸ਼੍ਰੀ ਨਾਭ ਕਮਲ ਧੰਨ ਰਾਜਾ ਸਾਹਿਬ ਦੀ ਆਵਾਜ਼। ਉਹ ਬੋਲਦੇ ਨੇ ਸਾਧ ਸੰਗਤ, ਉਹ ਰੁਲੂ ਆਇਆ ਭੱਜਿਆ ਭੱਜਿਆ ਮਹਾਰਾਜ ਦੇ ਚਰਨਾਂ ਚ, ਖਤਮ ਕਰਤਾ ਕੇਸ। ਜਦੋਂ ਆਇਆ ਚਰਨਾਂ ਤੇ ਸਿਰ ਰੱਖ ਕੇ ਰੋਈ ਜਾਂਦਾ ਹੈ, ਉਹ ਮਹਾਰਾਜ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕਰਦੇ ਹੋ, ਰਾਜਿਆ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਕੇ ਗਿਆ ਸੀ, ਜੇ ਤਿਲ ਜੀ ਨੀ ਘਾਲਣਾ ਮੇਰੀ ਥਾਏ ਪਾਈ ਹੈ ਨਾ ਤੇ ਮੇਰਾ ਸਹਾਈ ਹੋ ਜੀ, ਉੱਥੇ ਮੇਰੀ ਤੂੰ ਲਾਜ ਰੱਖ ਲਈ। ਸਤਸੰਗ ਜੀ ਉਹ ਮੀਤ ਸਿੰਘ ਉਹ ਵੀ ਆ ਕੇ ਤਰਲੇ ਲੈਂਦਾ ਹੈ, ਮਹਾਰਾਜ ਕਹਿੰਦੇ ਤੁਸੀਂ ਕਾਹਦੇ ਸੇਵਾਦਾਰ, ਤੁਸੀਂ ਕਾਹਦੀ ਮੇਰੀ ਮਰੀਦਗੀ ਕਰਦੇ ਹੋ? ਆਪਣੀ ਰੰਜਸ਼ ਕੱਢਣ ਵਾਸਤੇ ਤੂੰ ਉਹਦੇ ਘਰ ਵਿੱਚ ਜੀਵ ਹੱਤਿਆ ਮਾਰ ਕੇ ਰੱਖ, ਉਹਨੂੰ ਫਸਾਤਾ। ਮੀਤ ਸਿੰਘ ਤਰਲੇ ਲਏ, ਉਹ ਮਹਾਰਾਜ ਮੈਨੂੰ ਬਖਸ਼ ਦਿਓ, ਮਹਾਰਾਜ ਮੇਰਾ ਭਲਾ ਕਰ ਦਿਓ। ਉਸ ਵੇਲੇ ਰਾਜਾ ਸਾਹਿਬ ਆਖਣ ਲੱਗੇ ਸਾਡੇ ਘਰ ਵਿੱਚ ਜੇ ਕਿਸੇ ਨੇ ਤਿਲ ਜੀ ਨੀ ਵੀ ਸੇਵਾ ਕੀਤੀ ਹੈ ਨਾ, ਸਾਨੂੰ ਉਸ ਜੀਵ ਦਾ ਵੀ ਧਿਆਨ ਰਹਿੰਦਾ, ਤੁਸੀਂ ਤਾਂ ਸਾਡੇ ਕੋਲ ਰਹਿੰਦੇ ਹੋ, ਸਾਨੂੰ ਤਾਂ ਉਹਦਾ ਵੀ ਧਿਆਨ ਰਹਿੰਦਾ। ਤੇ ਸਤਸੰਗ ਜੀ ਇਹ ਮਹਾਂਪੁਰਸ਼ਾਂ ਦਾ ਬਿਰਧ ਹੈ, ਜਿਹੜਾ ਭਾਵਨਾ ਬਣਾ ਕੇ ਦਿਲੋਂ ਅੱਜ ਵੀ ਰਜੋਈ ਕਰਦਾ। ਕੱਲੀ ਉਸ ਰੁਲੂ ਦੀ ਗੱਲ ਨਹੀਂ, ਕੱਲੀ ਮੀਤ ਸਿੰਘ ਦੀ ਗੱਲ ਨਹੀਂ, ਅੱਜ ਵੀ ਭਾਵੇਂ ਲੋਕੀ ਜੋ ਮਰਜ਼ੀ ਬੋਲੀ ਜਾਣ, ਪਰ ਜਦੋਂ ਕਿਤੇ ਜ਼ਿੰਦਗੀ ਚੌਖਾ ਸਮਾਂ ਆਉਂਦਾ ਨਾ, ਜਿਸ ਮਹਾਂਪੁਰਸ਼ ਦੇ ਦਰ ਦੀ ਸੇਵਾ ਕਰਦੇ ਹੋ, ਮਹਾਂਪੁਰਸ਼ ਸਿਰ ਤੇ ਹੱਥ ਰੱਖ ਕੇ ਖੜ ਜਾਂਦਾ, ਇਹ ਸੱਚ ਹੈ। ਇਸੇ ਕਰਕੇ ਪੜੀਦਾ ਹੈ
ਇਹ ਬਿਰਧ ਸੁਆਮੀ ਦਾ ਉਹ ਸ਼ਰਣੀ ਆਇਆ ਨੂੰ ਗਲ ਨਾਲ ਲਾਉਣਾ, ਇਹ ਬਿਰਧ ਸੁਆਮੀ ਦਾ ਸ਼ਰਣੀ ਆਇਆ ਨੂੰ ਗਲ ਨਾਲ ਲਾਉਣਾ, ਸਤਗੁਰ ਪੜਦੇ ਕੱਜਦਾ ਏ ਮੇਰਾ, 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 ਸਤਗੁਰ ਪੜਦੇ ਕੱਜਦਾ ਏ, ਸਤਗੁਰ ਪੜਦੇ ਕੱਜਦਾ, ਉਹ ਰੱਖੇ ਲਾਜ ਵਾਹਿਗੁਰੂ ਮੇਰੀ, ਮੇਰਾ ਸਤਗੁਰ ਪੜਦੇ ਕੱਜਦਾ ਏ ਮੇਰਾ, ਸਤਗੁਰ ਪੜਦੇ ਕੱਜਦਾ ਏ ਕੇ ਸ਼ਰਧਾ ਬਣਾ ਕੇ ਉਹ ਰਾਜਾ ਸਾਹਿਬ ਦੇ ਚਰਨਾਂ 'ਚ ਬਹਿੰਦਾ ਹੈ। ਅੱਜ ਵੀ ਉਹਦੀਆਂ ਮੁਰਾਦਾਂ, ਉਹਦੀਆਂ ਝੋਲੀਆਂ ਅੱਜ ਵੀ ਭਰਦੇ ਨੇ। ਉਹ ਨਹੀਂ ਬੇਇਨਸਾਫੀ ਕਿਸੇ ਨਾਲ ਕਰਦਾ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ, ਜਿਹੜਾ ਉਸ ਮਾਲਕ ਦੀ ਭਗਤੀ ਕਰਦਾ ਹੈ, ਉਸ ਮਾਲਕ ਦਾ ਹੀ ਰੂਪ ਹੋ ਜਾਂਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ, ਧਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ, ਉਹ ਰੱਬ ਦੇ ਪਿਆਰਿਆਂ ਦੇ ਆਉਣ ਕਰਕੇ ਸਾਰੀ ਦੁਨੀਆਂ ਦਾ ਭਲਾ ਹੋ ਜਾਂਦਾ, ਸਾਰੀ ਦੁਨੀਆਂ ਦਾ ਉਧਾਰ ਹੋ ਜਾਂਦਾ ਹੈ। ਤੇ ਜਿੰਨੀਆਂ ਮਾਵਾਂ, ਜਿੰਨੇ ਭਾਈ ਤੁਸੀਂ ਬੈਠੇ ਹੋ, ਲੈ ਇੱਕ ਵਾਰੀ ਭਾਵਨਾ ਨਾਲ ਸਾਰੇ ਉੱਚੀ ਆਵਾਜ਼ ਵਿੱਚ ਗੱਜ ਵੱਜ ਕੇ ਬੋਲਿਓ, ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲੇ ਸਾਨੂੰ ਹੋ ਗਏ ਬੋਬੇ ਅਰਸੇ, ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਮਿਲੇ ਸਾਨੂੰ ਹੋ ਗਏ, ਗੱਜ ਕੇ ਅਰਸੇ। ਮੈਨੂੰ ਆਏ ਦੱਸੋ ਵੀ ਤੁਸੀਂ ਜਨਮ ਦਿਨ ਤੇ ਆਏ ਕੀ ਲੈਣ ਇੱਥੇ? ਨਾ ਬੀਬੀਆਂ ਬੋਲਦੀਆਂ, ਨਾ ਭਾਈ ਬੋਲਦੇ, ਸੁਣੀ ਤੁਸੀਂ ਸਾਰੇ ਜਾਂਦੇ ਹੋ, ਇਹ ਨਹੀਂ ਵੀ ਤੁਸੀਂ ਕਿਸੇ ਨੇ ਸੁਣਿਆ ਨਹੀਂ। ਆਏ ਫਿਰ ਕੀ ਫਾਇਦਾ? ਚੱਲ ਕੇ ਆਇਆ, ਪੈਰ ਪਵਿੱਤਰ ਹੋ ਗਏ, ਮੱਥਾ ਟੇਕਿਆ ਮੱਥਾ ਪਵਿੱਤਰ ਹੋ ਗਏ, ਹੱਥ ਜੋੜੇ ਹੱਥ ਪਵਿੱਤਰ ਹੋ ਗਏ, ਕੰਨਾਂ ਨਾਲ ਬਾਣੀ ਸੁਣ ਲਈ ਕੰਨ ਪਵਿੱਤਰ ਹੋ ਗਏ, ਨੇਤਰਾਂ ਨਾਲ ਦਰਸ਼ਨ ਕਰ ਲਏ ਅੱਖਾਂ ਪਵਿੱਤਰ ਹੋ ਗਈਆਂ, ਜੀਭ ਰਹਿ ਗਈ ਇਕੱਲੀ, ਇਹ ਵੀ ਕਰ ਲਓ ਪਵਿੱਤਰ। ਅਸੀਂ ਤਾਂ ਬੋਲੀ ਹੋ ਜਾਣਾ, ਇਹ ਬਾਈ ਤੁਹਾਡਾ ਹੀ ਭਲਾ, ਇਹਦੇ 'ਚ ਜਿਹਨੂੰ ਦਰਸ਼ਨਾਂ ਦੀ ਲੋੜ ਹੈ ਆਪੇ ਬੋਲ ਪਓ। ਕਦੇ ਕਦੇ ਹੀ ਦਰਸ਼ਨ ਵੀ ਮੰਗਣੇ ਚਾਹੀਦੇ ਨੇ, ਕਿ ਦੁਨਿਆਵੀ ਦਾ ਤਾਂ ਵੀ ਕਨੇਡਾ ਦਾ ਵੀਜ਼ਾ ਮਿਲ ਜਾਵੇ, ਅਮਰੀਕਾ ਚਲੇ ਜਾਈਏ, ਸਰਕਾਰੀ ਨੌਕਰੀ ਮਿਲ ਜੇ, ਐਂ ਮਿਲ ਜੇ, ਆਹੀ ਕੁਛ ਮੰਗੀ ਜਾਣਾ, ਐਂ ਵੀ ਕਹਿ ਕੇ ਵੇਖ ਲਓ ਇੱਕ ਵਾਰੀ। ਰਾਜਾ ਸਾਹਿਬ ਦੇ ਦਿਓ ਦੀਦਾਰ ਜੀ
ਰਾਜਾ ਸਾਹਿਬ ਦੇ ਹੱਥ ਜੋੜ ਖੜਾ ਤੇਰੇ ਦਰ ਤੇ, ਤੁਸੀਂ ਲਾਉਣਾ ਜੀ ਸਾਫੀ ਦੇ ਜੀ ਪਰਚੇ। ਹੱਥ ਜੋੜ ਖੜਾ ਤੇਰੇ ਦਰ ਤੇ, ਲਾਉਣਾ ਜੀ ਸਾਫੀ ਦੇ ਜੀ ਪਰਚੇ। ਹੱਥ ਜੋੜ ਖੜਾ ਤੇਰੇ ਦਰ ਤੇ, ਲਾਉਣਾ ਜੀ ਸਾਫੀ ਦੇ ਜੀ ਪਰਚੇ। ਹੱਥ ਜੋੜ ਖੜਾ ਤੇਰੇ ਦਰ ਤੇ, ਲਾਉਣਾ ਜੀ ਸਾਫੀ ਦੇ ਜੀ ਪਰਚੇ। ਹੱਥ ਜੋੜ ਖੜਾ ਤੇਰੇ ਦਰ ਤੇ, ਸਾਫੀ ਦੇ ਵੀ ਪਰਚੇ। ਹੱਥ ਜੋੜ ਖੜਾ ਤੇਰੇ ਦਰ ਤੇ, ਤੁਸੀਂ ਲੋਨਾ ਜੀ ਸਾਫੀ ਦੇ ਵੀ ਪਰਚੇ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾ ਦੇ ਨਾਲ ਲਾਇਆ, ਉਲਾ ਬਖਸ਼ੋ ਮੇਰੀਆਂ। ਤੇਰੇ ਦਰ ਤੇ ਆਇਆ, ਮੱਥਾ ਚਰਨਾ ਦੇ ਨਾਲ ਲਾਇਆ, ਉਲਾ ਬਖਸ਼ੋ ਮੇਰੀਆਂ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾ ਦੇ ਨਾਲ ਲਾਇਆ, ਉਲਾ ਬਖਸ਼ੋ ਮੇਰੀਆਂ। ਰਾਜਨਾ ਤੇਰੇ ਦਰ ਤੇ ਆਇਆ, ਮੱਥਾ ਚਰਨਾ ਦੇ ਨਾਲ ਲਾਇਆ, ਉਲਾ ਬਖਸ਼ੋ ਮੇਰੀਆਂ। ਉਲਾ ਬਖਸ਼ੋ ਮੇਰੀਆਂ, ਉਲਾ ਬਖਸ਼ੋ ਮੇਰੀਆਂ। ਰਾਜਾ ਸਾਹਿਬ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਸਤਸੰਗ ਜੀ, ਜਿੰਨੀਆਂ ਸੰਗਤਾਂ ਨੇ ਇੱਥੇ ਹਾਜ਼ਰੀ ਭਰੀਏ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਉਹ ਮਹਾਪੁਰਸ਼ਾਂ ਨੇ ਇੱਕ ਘੜੀ ਦੀ ਸੰਗਤ ਦਾ ਵੀ, ਇੱਕ ਪਲ ਦੀ ਸੰਗਤ ਦਾ ਵੀ ਸਾਨੂੰ ਫਲ ਦੇਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਸਾਰੇ ਪ੍ਰਬੰਧਕ ਰਲ ਮਿਲ ਕੇ ਬੜੇ ਉਤਸ਼ਾਹ ਨਾਲ, ਬੜੇ ਪ੍ਰੇਮ ਨਾਲ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ਾਂ ਦਾ ਆਗਮਨ, ਜਿਹੜਾ ਜਨਮ ਦਿਹਾੜਾ ਜਿਹੜਾ, ਉਹ ਸੰਗਤਾਂ ਮਨਾਉਂਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਇਹ ਤਾਂ ਸੰਗਤ ਵਿੱਚ ਬਹਿ ਕੇ ਹੀ ਪਤਾ ਲੱਗਦਾ ਹੈ, ਸੰਗਤ ਵਿੱਚ ਜੁੜ ਕੇ ਹੀ ਪਤਾ ਲੱਗਦਾ ਹੈ ਜ਼ਿੰਦਗੀ ਜਿਉਣ ਦਾ ਢੰਗ ਕੀ। ਜਦੋਂ ਅਸੀਂ ਕਈ ਰਹਿਣਾ ਕਿਸੇ ਨੂੰ ਇਕਾਗਰਤਾ ਨਾਲ ਬੈਠੋ, ਧਿਆਨ ਨਾਲ ਸੁਣੋ, ਪ੍ਰੇਮ ਨਾਲ ਸੁਣੋ। ਕਈ ਵਾਰ ਕਥਾ ਚੱਲਦਿਆਂ ਚੱਲਦਿਆਂ, ਕੀਰਤਨ ਚੱਲਦਿਆਂ ਚੱਲਦਿਆਂ, ਬੋਲਦਿਆਂ ਬੋਲਦਿਆਂ ਐਸਾ ਅੱਖਰ ਦਿਲ ਤੇ ਵੱਜ ਜਾਂਦਾ ਹੁੰਦਾ ਹੈ, ਉਹ ਉਸ ਲਫ਼ਜ਼ ਨੇ ਹੀ ਜ਼ਿੰਦਗੀ ਬਦਲ ਦੇਣੀ, ਉਸ ਇੱਕ ਗੱਲ ਨੇ ਹੀ ਜ਼ਿੰਦਗੀ ਬਦਲਣੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਜਿੱਥੇ ਸਾਰੀ ਸੰਗਤ ਨੇ ਹਾਜ਼ਰੀਆਂ ਭਰੀਆਂ,
ਅੱਜ ਦਿਨੇ ਪਹਿਲਾਂ ਸਾਡਾ ਚੰਡੀਗੜ੍ਹ ਦੀਵਾਨ ਸੀ, ਉਦੋਂ ਬਾਅਦ ਫਿਰ ਭਵਾਨੀਗੜ੍ਹ ਕੋਲ, ਫਿਰ ਹੁਣ ਤੁਹਾਡੇ ਚਰਨਾਂ 'ਚ ਆਏ ਆ। ਗਲਾ ਮੇਰਾ ਸਹੀ ਨਹੀਂ ਸੀ ਅੱਜ, ਇਹ ਤਾਂ ਮਹਾਂਪੁਰਸ਼ਾਂ ਨੇ ਆਪੇ ਗਵਾ ਲਿਆ, ਇਹ ਤਾਂ ਮੁਸ਼ਕਲ ਸੀ। ਮੈਂ ਰਸਤੇ 'ਚ ਆਉਂਦੇ ਆਉਂਦੇ ਨੇ ਇਹ ਵੀ ਸੋਚਿਆ, ਮੈਂ ਕਿਹਾ ਅੱਜ ਮਿਸ ਵੀ ਮਾਰ ਦਿੰਦੇ ਹਾਂ ਵੀ ਛੱਡ ਦਿੰਦੇ ਹਾਂ ਕੱਲ ਨੂੰ। ਪਰ ਪਿਛਲੀ ਵਾਰ ਜਦੋਂ ਇੱਕ ਮਹਾਂਪੁਰਸ਼ਾਂ ਨੂੰ ਗੁਰਮੁਖਾਂ ਨੇ ਬੁਲਾਇਆ ਸੀ, ਆਏ ਨਹੀਂ ਸੀ, ਉਦੋਂ ਕੀ ਸੀ ਵੀ ਫਿਰ ਪ੍ਰਬੰਧਕਾਂ ਦਾ ਦਿਲ ਬਹੁਤ ਟੁੱਟਦਾ। ਮੈਂ ਫਿਰ ਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਮੈਂ ਕਿਹਾ ਮਹਾਰਾਜ ਗਲਾ ਤਾਂ ਮੇਰਾ ਇਹੋ ਜਿਹਾ ਹੀ ਹੈ, ਬਸ ਤੁਸੀਂ ਹੁਣ ਆਪੇ ਹਾਜ਼ਰੀ ਭਰਾ ਲਿਓ, ਕਿਉਂਕਿ ਐਂ ਵੀ ਜੇ ਸਿਹਤ ਨਹੀਂ ਸਹੀ ਗਲੇ ਨਹੀਂ ਗਾਉਣਾ, ਜੇ ਇਹੀ ਸਹੀ ਨਹੀਂ ਤਾਂ ਮੈਂ ਇੱਥੇ ਕੀ ਕਰੂੰਗਾ। ਪਰ ਮੈਂ ਕਦੇ ਇੱਦਾਂ ਕਰਿਆ ਨਹੀਂ, ਤੁਹਾਡਾ ਜਨਮ ਸਥਾਨ ਹੈ, ਤੁਹਾਡੇ ਜਨਮ ਦਿਹਾੜੇ ਮਨਾਉਣ ਜਾਣਾ ਹੈ ਤਾਂ ਤੁਸੀਂ ਕਿਰਪਾ ਕਰ ਦਿਓ। ਉਹਨਾਂ ਨੇ ਬਲ ਬਖਸ਼ਿਆ ਤੇ ਨੇਮ ਨਹੀਂ ਮੇਰਾ ਟੁੱਟਣ ਦਿੱਤਾ। ਵਾਹਿਗੁਰੂ, ਉਹ ਉਹਨਾਂ ਦੇ ਘਰ ਦੀ ਸੇਵਾ ਆਪੇ ਉਹਨਾਂ ਨੇ ਕਰਾਉਣੀ ਹੈ, ਬੰਦਾ ਤਾਂ ਨਹੀਂ ਕੁਛ ਵੀ ਕਰ ਸਕਦਾ। ਇਸੇ ਕਰਕੇ ਮੈਂ ਆਉਂਦਿਆਂ ਸਾਰੇ ਧਾਰਨਾ ਪੜੀ ਸੀ, ਦਿਲਾਂ ਦੇ ਆ ਰਾਜਿਆ ਛੇਤੀ ਦਰਸ਼ ਦਿਖਾ, ਦਿਲਾਂ ਦੇ ਆ ਰਾਜਿਆ ਛੇਤੀ ਦਰਸ਼ ਦਿਖਾ, 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 ਦਿਲਾਂ ਦੇ ਆ ਰਾਜਿਆ ਛੇਤੀ ਦਰਸ਼ ਦਿਖਾ, ਦਿਲਾਂ ਦੇ ਆ ਰਾਜਿਆ ਛੇਤੀ ਦਰਸ਼ ਦਿਖਾ। ਰੂਪ ਰੱਬ ਦਾ ਹੈ ਦੂਜਾ, ਐਵੇਂ ਹੁੰਦੀ ਨਹੀਂ ਜੇ ਪੂਜਾ, ਰੂਪ ਰੱਬ ਦਾ ਹੈ ਦੂਜਾ, ਐਵੇਂ ਹੁੰਦੀ ਨਹੀਂ ਜੇ ਪੂਜਾ। ਆਪਾ ਸਾਧਕੇ ਹੈ ਸਾਧੂ ਅਖਵਾਉਂਦਾ, ਤੂੰ ਦੇਖ ਲੈ ਦੁਬਾਰਾ ਮਲਕੇ, ਰਾਜਾ ਸਾਹਿਬ ਮਾਰੇ ਸੱਚੇ ਪਾਤਸ਼ਾਹ ਮੇਰ ਕਰਨ, ਕੋਈ ਜਿੱਡੀ ਭਾਵਨਾ ਜਿੱਡੀ ਸ਼ਰਧਾ ਬਣਾ ਕੇ ਮਾਰੇ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰੇਗਾ, ਓਡਾ ਵੱਡਾ ਫਲ ਮਾਰਨੇ ਉਹਦੀ ਝੋਲੀ 'ਚ ਪਾ ਦੇਣਾ। ਤਨ ਕਰਕੇ, ਮਨ ਕਰਕੇ, ਧਨ ਕਰਕੇ ਵੀ ਸਵਾਵਾਂ ਕਰਿਆ ਕਰੋ। ਸਤਸੰਗ ਜੀ, ਜਿੱਦਾਂ ਵੀ, ਕਿਉਂਕਿ ਬਖਸ਼ਿਸ਼ਾਂ ਰਾਜਾ ਸਾਹਿਬ ਦੀਆਂ ਤੁਹਾਡੇ ਸਾਰੇ ਨਗਰਾਂ ਤੇ ਪਰਿਵਾਰਾਂ ਤੇ ਬੜੀਆਂ ਨੇ, ਕੋਈ ਦੇਸ਼ਾਂ 'ਚ ਰਹਿੰਦਾ, ਕੋਈ ਵਿਦੇਸ਼ਾਂ ਵਿੱਚ ਰਹਿੰਦਾ, ਵਰ ਚੜ ਕੇ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਇਹਨਾਂ ਸਥਾਨਾਂ 'ਤੇ ਸਵਾਵਾਂ ਨਿਭਾਇਆ ਕਰੋ।
ਜਦੋਂ ਵੀ ਸਮਾਂ ਲੱਗਦਾ ਹੈ ਇੱਥੇ ਕੋਈ ਝਾੜੂ ਫੇਰਦਾ ਹੈ, ਕੋਈ ਬੰਦਗੀ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਆਈ ਆਪਣਾ ਜੀਵਨ ਜਿਹੜਾ ਹੈ ਉਹ ਸਤਸੰਗ ਜੀ ਗੁਜ਼ਾਰ ਕੇ ਸਫਲਾ ਕਰੀਏ। ਸਤਸੰਗਤ ਆਏ ਆ ਦੁਨੀਆ ਤੇ, ਉਦਾਂ ਤਾਂ ਆਪਾਂ ਸਾਰੇ ਕਹੀ ਜਾਂਦੇ ਹਾਂ ਨਾ ਵੀ ਰਾਜਾ ਸਾਹਿਬ, ਮੈਂ ਰਾਜਾ ਸਾਹਿਬ ਨੂੰ ਜਾਣਦਾ, ਮੈਂ ਵੀ ਰਾਜਾ ਸਾਹਿਬ ਨੂੰ ਜਾਣਦਾ। ਗੱਲ ਉਦਣ ਬਣਦੀ ਜਿੱਦਣ ਰਾਜਾ ਸਾਹਿਬ ਸਾਨੂੰ ਜਾਣਨ ਲੱਗ ਗਏ, ਉਦਣ ਗੱਲ ਬਣੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਮਿਹਰ ਕਰਨ। ਬੋਲਦਿਆਂ ਕੋਲੋਂ ਬਹੁਤ ਗਲਤੀਆਂ ਹੋ ਜਾਣੀਆਂ ਸੁਭਾਵਿਕ ਹੁੰਦੀਆਂ ਨੇ। ਗੁਰੂ ਕੀ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਬਖਸ਼ ਲੈਣ। ਬੱਲੋਵਾਲ ਦੀ ਜਿੰਨੀ ਕਮੇਟੀ ਗੁਰਮੁਖ ਬਹੁਤ ਪਿਆਰ ਕਰਦੇ ਨੇ, ਹਰ ਵਾਰੀ ਬਹੁਤ ਸਨੇਹ ਰੱਖਦੇ ਨੇ। ਸਾਡੇ ਵੀ ਮਨ ਵਿੱਚ ਇਹ ਹੁੰਦਾ ਵੀ ਅਸੀਂ ਜਾ ਕੇ ਹਾਜ਼ਰੀਆਂ ਭਰੀਏ। ਬੜੇ ਉਤਸ਼ਾਹ ਨਾਲ ਸੰਗਤਾਂ ਯਾਦ ਕਰਦੀਆਂ ਨੇ ਤੇ ਜਿੱਦਾਂ ਦੀ ਵੀ ਅੱਜ ਹਾਜ਼ਰੀ ਭਰੇਗੀ ਤੁਸੀਂ ਸਾਰਿਆਂ ਪ੍ਰਵਾਨ ਕਰਨੀ ਹੈ। ਰਾਜਾ ਸਾਹਿਬ ਆਪਣੇ ਚਰਨਾਂ 'ਚ ਲੇਖੇ ਵਿੱਚ ਲਾਉਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਮਿਹਰ ਕਰਨ। ਅਗਲੇ ਜਿਹੜੇ ਪ੍ਰੋਗਰਾਮ ਹਨ ਉਹ ਗੁਰਮੁਖਾਂ ਨੇ ਆਪ ਜੀ ਨੇ ਹੁਣ ਸਰਵਣ ਕਰਨੇ ਨੇ ਗੁਰਮੁਖਾਂ ਪਾਸੋਂ। ਲਓ ਚਿੱਠੀਆਂ ਤੁਸੀਂ ਸਾਰਿਆਂ ਨੇ ਸੁਣਿਆ ਰਾਜਾ ਸਾਹਿਬ ਦੀ, ਪੜ੍ਹ ਲਿਓ ਇੱਕ ਵਾਰੀ ਸਾਰੇ। ਆਪ ਹੱਥੀ ਲਿਖ ਲਿਖ ਕੇ 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 ਰਾਜਾ ਸਾਹਿਬ ਜੀ ਨੇ ਚਿੱਠੀਆਂ ਨੇ ਪਾਈਆਂ, ਰਾਜਾ ਸਾਹਿਬ ਜੀ ਨੇ ਚਿੱਠੀਆਂ ਨੇ ਪਾਈਆਂ ਆਪ ਹੱਥੀ ਲਿਖ ਲਿਖ ਕੇ ਆਪ ਹੱਥੀ ਲਿਖ ਲਿਖ ਕੇ ਤਾਹੀ ਤਾਇਆ ਜੀ ਜੋੜ ਮੇਲੇ ਤੇ ਤਾਹੀ ਤਾਇਆ ਜੀ ਜੋੜ ਮੇਲੇ ਤੇ ਦੂਰੋਂ ਦੂਰੋਂ ਚੱਲ ਸੰਗਤਾਂ ਨੇ ਆਈਆਂ ਤਾਹੀ ਤਾਇਆ ਜੀ ਜੋੜ ਮੇਲੇ ਤੇ ਆਪ ਹੱਥੀ ਲਿਖ ਲਿਖ ਕੇ 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 ਆਪੇ ਉਹ ਆਪੇ ਬੁਲਾਉਂਦੇ ਨੇ, ਆਪੇ ਮੇਰਾ ਕਰਦੇ। ਇੱਕ ਨਾ ਜਿੱਦਾਂ ਦੇ ਦਿਓ ਦਦਾਰ, ਆਪਾਂ ਸਾਰਿਆਂ ਨੇ ਸੁਣਿਆ ਨਾ ਰਾਜਾ ਸਾਹਿਬ ਦੇ ਦਿਓ ਦਦਾਰ ਜੀ, ਇੱਦਾਂ ਹੀ ਇੱਕ ਹੋਰ ਨਗਮਾ ਰਿਕਾਰਡ ਕੀਤਾ, ਉਹ ਆਏਗਾ ਮਾਰਚ ਤੱਕ। ਇੰਨਾ ਸੋਹਣਾ ਬਣਾਇਆ ਨਾ ਉਹ ਰਾਜਾ ਸਾਹਿਬ ਦੇ, ਸਾਰੇ ਨਗਮੇ ਸੋਹਣੇ ਹੁੰਦੇ ਨੇ, ਪਰ ਜਦੋਂ ਤੁਸੀਂ ਸੁਣੋਗੇ ਨਾ ਇੱਕ ਵਾਰੀ
ਸਾਹ ਵੀ ਰੋਕ ਲੈਂਦਾ ਬੰਦਾ ਆਪਣੇ। ਉਹ ਇੰਨਾ ਸੋਹਣਾ ਬਣਵਾ ਲਿਆ ਉਹਨਾਂ ਨੇ, ਕਿਸੇ ਨੂੰ ਕੋਈ ਕਿਸੇ ਦੀ ਭੈਣ ਛੱਡ ਗਈ, ਕਿਸੇ ਦਾ ਭਰਾ ਛੱਡ ਗਿਆ, ਕਿਸੇ ਨੂੰ ਘਰ ਵਾਲੀ ਛੱਡ ਗਈ, ਕੋਈ ਕਿਸੇ ਕੰਮ ਗਿਆ, ਕੋਈ ਕੈਨੇਡਾ ਗਿਆ, ਅਮਰੀਕਾ ਗਿਆ, ਕੋਈ ਡੌਂਕੀ ਲਾ ਕੇ ਉੱਥੋਂ ਮੁੜ ਆਇਆ, ਸਾਰੇ ਦਰਵਾਜ਼ੇ ਜਦੋਂ ਬੰਦ ਹੋ ਗਏ, ਅਖੀਰ ਵਿੱਚ ਆ ਕੇ ਫਿਰ ਇੱਥੇ ਬਹਿ ਜਾਂਦਾ ਮਜ਼ਾਰੇ। ਉਦੋਂ ਰਾਜਾ ਸਾਹਿਬ ਨੂੰ ਕਹਿੰਦਾ ਵੀ ਹੁਣ ਦੁਨੀਆ ਨਹੀਂ ਸਾਥ ਨਿਭਾਉਂਦੀ, ਤੁਸੀਂ ਉਹ ਹੱਥ ਫੜ ਲਓ ਮੇਰਾ, ਆਪਣਾ ਜਾਂ ਹੱਥ ਫੜਾ ਦਿਓ ਜਾਂ ਮੇਰਾ ਫੜ ਲਓ। ਇੰਨਾ ਸੋਹਣਾ ਉਹ ਤੁਸੀਂ ਸੁਣੋਗੇ, ਸਾਰਿਆਂ ਨੇ ਤੁਸੀਂ ਸੁਣ ਹੀ ਲੈਣਾ, ਤੁਹਾਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਪੈਣੀ ਵੀ ਸ਼ੇਅਰ ਕਰੋ। ਮੈਂ ਨਹੀਂ ਅੱਜ ਤੱਕ ਕਿਸੇ ਨੂੰ ਵੀ ਕਿਹਾ ਵੀ ਰਾਜਾ ਸਾਹਿਬ ਦਾ ਕੋਈ ਵੀ ਗੀਤ ਆਪਾਂ ਗਾਉਂਦੇ ਹਾਂ ਰਾਜਾ ਸਾਹਿਬ ਵਾਸਤੇ। ਜੇ ਉਹਨਾਂ ਨੂੰ ਪਾ ਗਿਆ ਸਾਰੀ ਦੁਨੀਆ ਨੂੰ ਪਾ ਜਾਂਦਾ। ਇੱਥੇ ਕੀਰਤਨ ਵੀ ਬਸ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਭਰੀ ਦੀ ਹੈ। ਜੇ ਉਹ ਖੁਸ਼ ਹੋ ਗਿਆ, ਇੱਕ ਨੂੰ ਮਨਾ ਲਈਏ ਸਾਰਿਆਂ ਨੇ ਆਪੇ ਮੰਨ ਜਾਣਾ। ਇਕੱਲੇ ਇਕੱਲੇ ਨੂੰ ਮਨਾਉਂਦੇ ਫਿਰਾਂਗੇ, ਕਿਹਨੂੰ ਕਿਹਨੂੰ ਮਨਾਵਾਂਗੇ, ਕਿੰਨੇ ਹੀ ਨੇ, ਮੈਂ ਵੀ ਹਾਂ, ਮੈਂ ਵੀ ਉਹਨੂੰ ਮਨਾ ਲਈਏ ਬਸ। ਉਹ ਜੇ ਆਪ ਰਾਜਾ ਰਾਜਾ ਕਹਿ ਕੇ ਰਾਜਾ ਬਣ ਗਏ, ਜਦੋਂ ਅਸੀਂ ਕਵਾਂਗੇ ਸਾਨੂੰ ਵੀ ਆਪਣੇ ਵਿੱਚ ਮਿਲਾ ਲੈਣਾ। ਇੱਕ ਮਾਂ ਆਪਣੇ ਪੁੱਤ ਨੂੰ ਗਾਰੇ 'ਚ ਲਿਬੜੇ ਨੂੰ ਵੇਖਦੀ, ਮਾਂ ਆਪਣੇ ਪੁੱਤ ਨੂੰ, ਉਹਦਾ ਪੁੱਤ ਗਾਰੇ 'ਚ ਲਿਬੜ ਜੇ, ਜੇ ਧਿਆਨ ਨਾ ਜਾਵੇ ਕੰਮ ਕਰੀ ਜਾਵੇ ਕਰੀ ਜਾਵੇ, ਜਦੋਂ ਧਿਆਨ ਪੈ ਗਿਆ ਮਮਤਾ ਦੀ ਮਾਰੀ ਦੌੜੀ ਜਾਂਦੀ ਭੱਜ ਕੇ, ਚਿੱਕੜ ਨਹੀਂ ਵੇਖਦੀ, ਗਾਰਾ ਨਹੀਂ ਵੇਖਦੀ, ਮਿੱਟੀ ਨਹੀਂ ਵੇਖਦੀ ਉਹਦੇ ਕੱਪੜਿਆਂ ਨੂੰ ਲੱਗੀ, ਭੱਜ ਕੇ ਜਾ ਕੇ ਚੁੱਕ ਕੇ ਗੱਲ ਨਾਲ ਲਾ ਲੈਂਦੀ ਏ। ਚੇਤੇ ਰੱਖਿਓ, ਜਿਹੜਾ ਭਾਵਨਾ ਬਣਾ ਕੇ ਰਾਜਾ ਸਾਹਿਬ ਦੇ ਚਰਨਾਂ 'ਚ ਆ ਗਿਆ, ਮਾਂ ਮਿੱਟੀ ਦੀ ਪਰਵਾਹ ਨਹੀਂ ਕਰਦੀ, ਲਿਬੜੇ ਕੱਪੜਿਆਂ ਦੀ ਪਰਵਾਹ ਨਹੀਂ ਕਰਦੀ। ਸਤਸੰਗ ਜੀ, ਲਿਬੜੇ ਕੱਪੜਿਆਂ ਦੀ ਜਿਵੇਂ ਮਾਂ ਪਰਵਾਹ ਕਰੇ ਬਿਨਾ ਆਪਣੇ ਪੁੱਤ ਨੂੰ ਗਲ ਨਾਲ ਲਾ ਲੈਂਦੀ ਹੈ ਨਾ, ਉਹ ਰਾਜਾ ਸਾਹਿਬ ਦਾ ਪਿਆਰ ਵੀ ਐਸਾ ਹੈ। ਜਦੋਂ ਤੁਸੀਂ ਇੱਕ ਵਾਰੀ ਇੱਥੇ ਬਹਿ ਗਏ ਨਾ ਆ ਕੇ, ਉਹਨੇ ਕਹਿਣਾ ਛੱਡ ਯਾਰ ਗਲਤੀਆਂ, ਛੱਡ ਗੁਨਾਹ ਸਾਰੇ, ਤੂੰ ਆ ਤਾਂ ਸਹੀ ਇੱਕ ਵਾਰੀ, ਜਦੋਂ ਬਹਿ ਗਏ ਉਸੇ ਵੇਲੇ ਗਲ ਨਾਲ ਲਾ ਲੈਣਾ ਹੈ। ਫਰਕ ਸਿਰਫ ਇੰਨਾ ਹੈ ਵੀ ਸਾਡੇ ਢੈਣ ਵਿੱਚ ਦੇਰੀ ਏ, ਉਹਦੇ ਗਲ ਲਾਉਣ ਵਿੱਚ ਕੋਈ ਦੇਰ ਨਹੀਂ। ਤੂੰ ਕੀ ਗੁਨਾਹ ਕੀਤੇ, ਕੀ ਪਾਪ ਕੀਤੇ, ਉਹ ਥੋੜੀ ਵੇਖਣੇ ਨੇ ਉਹਨੇ, ਨਿਗਾਹ ਪੈ ਜੇ ਬਸ ਇੱਕ ਵਾਰੀ। ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿੱਚ ਬਹੁਤ ਬਹੁਤ ਕੁਛ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰ ਕਰਨ। ਆਓ ਇੱਕ ਸ਼ਬਦ ਦਾ ਹੋਰ ਪੜ੍ਹਨ ਦਾ ਹੁਕਮ ਹੋਇਆ, ਲੈ ਹੁਣ ਆਪਾਂ ਅਗਲੇ ਸ਼ਬਦ ਫੇਰ ਪੜ੍ਹਾਂਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਗਲਾ ਵੀ ਸਾਥ ਨਹੀਂ ਦਿੰਦਾ, ਕੰਨ ਵੀ ਇੱਧਰੋਂ ਦਰਦ ਕਰਦਾ। ਹੁਣ ਸਾਰੀ ਸੰਗਤ ਪਿਆਰ ਨਾਲ ਬੋਲਿਓ ਬਸ। ਇੱਕ ਕੱਲ੍ਹ ਨੂੰ ਨਵਾਂ ਸ਼ਬਦ ਰਿਲੀਜ਼ ਹੋਣਾ, ਇੱਕ ਅੱਜ ਹੋਇਆ ਰਵਿਦਾਸ ਮਹਾਰਾਜ ਦਾ ਨਗਰ ਕੀਰਤਨ, ਬਹੁਤ ਸੋਹਣਾ। ਇੱਕੋ ਰੂਪ ਨਾਮ ਹੈ ਉਹਦਾ, ਸਾਰਿਆਂ ਨੇ ਤੁਸੀਂ ਵੇਖ ਹੀ ਲਿਆ ਹੋਏਗਾ ਇੰਸਟਾਗ੍ਰਾਮ ਤੇ, ਤੇ ਕੱਲ ਨੂੰ ਤੁਸੀਂ ਸੁਣ ਲਿਓ ਸਾਰੇ। ਹਰਿਮੰਦਰ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਤੇਰੀ ਆਰਤੀ ਹੋਵੇ, ਦੋਵੇਂ ਕੰਨਾਂ ਵਿੱਚ ਪੈਂਦੀ ਮੈਲ ਮਨਾਂ ਦੀ ਧੋਵੇ। ਹੋ ਦੋ
ਜੋੜ ਗਿਆ ਉਹ ਮੇਰਾ ਸਤਿਗੁਰ ਜੋੜੇ ਕੰਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਸਤਿਗੁਰ ਜੋੜੇ ਕੰਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਸਤਿਗੁਰ ਜੋੜੇ ਕੰਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਮੇਰਾ ਸਤਿਗੁਰ ਜੋੜੇ ਕੰਢ ਕੇ ਨਾਲ ਗੰਢਾਂ ਜੋੜ ਗਿਆ ਹੱਥ ਗੁਰ ਜੋੜੇ ਕੱਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਉਹ ਕੰਸ਼ੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਰੇ ਕੰਸ਼ੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਰੇ ਪੜ ਪੜ ਜਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਪੜ ਪੜ ਜਗ ਪਵਿੱਤਰ ਹੋਇਆ ਜੋ ਵੀ ਸ਼ਬਦ ਉਚਾਰੇ ਨੇ ਭੁੱਲੇ ਭਟਕੇ ਰਾਈਆਂ ਨੂੰ ਹੱਸ ਤੇਰਾ ਹੈ ਮੋੜ ਗਿਆ ਮੇਰਾ ਸਤਿਗੁਰ ਜੋੜੇ ਕੰਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਜੋੜੇ ਕੰਢ ਕੇ ਸਤਿਗੁਰ ਜੋੜੇ ਕੱਢ ਕੇ ਸੱਚੇ ਰੱਬ ਨਾਲ ਗੰਢਾਂ ਜੋੜ ਗਿਆ ਕਾਂਸ਼ੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰ ਕਾਂਸ਼ੀ ਦੇ ਵਿੱਚ ਜਨਮ ਧਾਰਿਆ ਮੇਰੇ ਪ੍ਰੀਤਮ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਬਹੁਤ ਬਹੁਤ ਸਾਰੀ ਸੰਗਤ ਦਾ ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਸਾਉਂਡ ਵਾਲੇ ਵੀਰਾਂ ਦਾ ਲਾਈਵ ਸੰਗਤਾਂ ਦਰਸ਼ਨ ਕਰਦੀਆਂ ਨੇ ਘਰਾਂ ਵਿੱਚ ਬਹਿ ਕੇ ਦੂਰ ਦੁਰਾਡੇ ਤੱਕ ਆਵਾਜ਼ ਪਹੁੰਚਦੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਰੋੜਾਂ ਵਾਰ ਸ਼ੁਕਰਾਨੇ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਬਹਿ ਕੇ ਸਾਨੂੰ ਸਾਰਿਆਂ ਨੂੰ ਬਲ ਉਦਮ ਬਖਸ਼ਿਆ ਕਥਾ ਕੀਰਤਨ ਸੁਣਨ ਦਾ ਤੇ ਕਰਨ ਦਾ ਕੋਈ ਰਸਨਾ ਵਾਂਝੀ ਨਾ ਰਹੇ ਸਾਰੀ ਸੰਗਤ ਗੱਜ ਵੱਜ ਕੇ ਫਤਿਹ ਦੁਹਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ